ਅੰਮ੍ਰਿਤਸਰ ਦੇ ਰਾਮ ਤੀਰਥ ਰੋਡ ਤੇ ਵੱਡੇ ਭਰਾ ਸੁਖਦੇਵ ਸਿੰਘ ਨੇ ਆਪਣੇ ਛੋਟੇ ਭਰਾ ਹਰਜਿੰਦਰ ਸਿੰਘ ਨੂੰ ਗੋਲੀ ਮਾਰ ਕੇ ਉਸਦੀ ਹੱਤਿਆ ਕਰ ਦਿੱਤੀ। ਹੱਤਿਆ ਕਰਨ ਦਾ ਕਾਰਨ ਜ਼ਮੀਨ ਦਾ ਝਗੜਾ ਦੱਸਿਆ ਜਾ ਰਿਹਾ ਹੈ। ਇਸ ਸੰਬੰਧੀ ਪੁਲਿਸ ਦਾ ਕਹਿਣਾ ਹੈ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਆਪਣਾ ਨਾਮ ਬੋਲ ਕੇ। ਮੇਰਾ ਰਜਿੰਦਰ ਸਿੰਘ ਨਾਂ ਜੀ, ਪਿੰਡ ਗੌਸਾਵਾਦ ਹੈ ਅਤੇ ਹਰਜਿੰਦਰ ਸਿੰਘ ਸਨ ਆਫ ਅਜੀਤ ਸਿੰਘ ਹੈ। ਆਪਣੀ ਮੋਟਰ 'ਤੇ ਆਇਆ ਸੀ, ਮੋਟਰ ਨਹੀਂ ਚੱਲਦੀ ਅਤੇ ਇਹਨੇ ਮਿਸਤਰੀ ਲਿਆਂਦਾ ਮੋਟਰ ਚਲਾਉਣ ਲਈ ਅਤੇ ਉੱਥੇ ਸੁਖਦੇਵ ਸਿੰਘ ਟਰੈਕਟਰ 'ਤੇ ਆ ਗਿਆ ਅਤੇ ਉਹਨੇ ਆਣ ਕਹਿੰਦਾ ਤੂੰ ਤੂੰ ਮੈਂਵੇਂ ਹੋ ਜਾਂਦਾ, ਮੋਟਰ ਨਹੀਂ ਮੈਂ ਚਲਾਉਣ ਦੇਣੀ, ਕਹਿੰਦਾ ਚੱਲ ਨਹੀਂ ਚਲਾਉਣ ਦੇਣੀ ਅਤੇ ਮੈਂ ਕਾਨੂੰਨੀ ਕਾਰਵਾਈ ਕਰਕੇ ਚਲਾ ਲਵਾਂਗਾ। ਇਹ ਉੱਥੋਂ ਮੁੜ ਕੇ ਮੋਟਰ 'ਤੇ ਇੰਨੀ ਗੱਲਬਾਤ ਇਹਨਾਂ ਦੀ ਹੋਈ ਆ ਅਤੇ ਇਹ ਆਪਣੀ ਗੱਡੀ ਵੱਲ ਨੂੰ ਆ ਰਿਹਾ ਆ, ਉਹ ਟਰੈਕਟਰ ਲੈ ਗਿਆ ਆਪਣੀ ਉੱਥੇ ਹਵੇਲੀ ਲਾਗੋਂ ਅਤੇ ਇਹ ਆਣ ਕੇ ਗੱਡੀ 'ਚ ਬਹਿਣਾ, ਉਹਨਾਂ 'ਚ ਇਹਨੂੰ ਟਰੈਕਟਰ ਭਜਾ ਗਿਆ, ਆਪਣੀ ਹਥਿਆਰ ਲੈ ਆਇਆ ਹਵੇਲੀ 'ਚੋਂ ਅਤੇ ਹਥਿਆਰ ਲਿਆ ਕੇ ਨੇ ਉਹ ਗੱਡੀ 'ਚ ਬੈਠਾ ਮੋੜ ਲੱਗਾ ਅਤੇ ਇਹਨੇ ਟਰੈਕਟਰ ਮਾਰਿਆ ਸਿੱਧਾ ਲੈ ਕੇ ਗੱਡੀ 'ਚ ਸੁਖਦੇਵ ਸਿੰਘ ਨੇ, ਨਾਲ ਇਹਦਾ ਡਰਾਈਵਰ ਬੈਠਾ ਸੀ ਅਤੇ ਉਹਦੇ ਕੋਲ ਦਾਤਰ ਸੀ। ਇਹਨੇ 4-5 ਗੋਲੀਆਂ ਬੈਠੇ ਟਰੈਕਟਰ ਤੋਂ ਇਹਨੇ 4-5 ਗੋਲੀਆਂ ਉਹਨੂੰ ਮਾਰੀਆਂ ਸਿੱਧੀਆਂ ਗੱਡੀ 'ਚ ਅਤੇ ਮੁੜ ਕੇ ਇਹਦਾ ਡਰਾਈਵਰ ਉੱਤਰ ਕੇ ਦਵਾ ਉਹਨੇ ਸ਼ੀਸ਼ੇ 'ਤੇ ਮਾਰਿਆ ਦਾਤਰ ਬਾਰੀ 'ਤੇ, ਉਹ ਸ਼ੀਸ਼ਾ ਟੁੱਟ ਗਿਆ, ਫਿਰ ਉਹਨੇ ਬਾਰੀ ਖੋਲ੍ਹ ਕੇ ਇਹਦੇ ਦਾਤਰ ਮਾਰੀ ਗਿਆ ਹਰਜਿੰਦਰ ਸਿੰਘ 'ਤੇ ਜਿੱਥੇ ਵੱਜਦਾ ਜਿੱਥੇ ਗਿਰਿਆ। ਮੁੜ ਕੇ ਇਹਨੇ ਟਰੈਕਟਰ ਦੇ ਨਾਲ ਹੀ ਡਬਲ ਹਥਿਆਰ ਰੱਖਿਆ ਸੀ 315, ਉਹਦੇ ਉੱਤਰ ਕੇ ਇਹਨੇ 2 ਫੈਰ ਸਿੱਧੇ ਹਰਜਿੰਦਰ ਸਿੰਘ ਦੇ ਅੰਦਰ ਗੱਡੀ 'ਤੇ ਬੈਠੇ 'ਤੇ ਮਾਰੇ ਅਤੇ ਸਿੱਧੀ ਇੱਕ ਉਹਦੀ ਛਾਤੀ ਵੱਜਿਆ, ਇੱਕ ਗਲੇ ਲੱਗੇ ਵੱਜਿਆ। ਮੁੜ ਕੇ ਟਰੈਕਟਰ ਭਜਾ ਕੇ ਆਪਣੇ ਡੇਰੇ ਨੂੰ ਚੱਲ ਗਿਆ, ਨਾਲ ਇਹਦਾ ਡਰਾਈਵਰ ਆ ਇੱਕ ਨਵਾਂ ਗੱਡੀ ਦਾ ਅਤੇ ਇਹ ਆਪ ਸੁਖਦੇਵ ਸਿੰਘ। ਕੀ ਕਾਰਨ ਕੀ ਰਿਹਾ ਇਹਨਾਂ ਦਾ? ਕਾਰਨ ਮੈਨੂੰ ਜ਼ਮੀਨ ਦਾ ਝਗੜਾ ਸੀ ਜੀ ਇਹਨਾਂ ਦਾ। ਹੈਗਾ ਜੀ ਜੇ ਰਾਤ ਇੱਥੇ ਅੱਜ ਨਾ ਜੀ ਕਰੀਬ 10-10:30 ਵਜੇ ਪਿੰਡ ਗੌਸਾਬਾਦ ਸੁਖਦੇਵ ਸਿੰਘ ਅਤੇ ਹਰਜਿੰਦਰ ਸਿੰਘ ਦੋਨੇ ਭਰਾ ਨੇ, ਉਹਨਾਂ ਦਾ ਪਰਿਵਾਰਕ ਵਿਵਾਦ ਬੜੇ ਚਿਰ ਦਾ ਜ਼ਮੀਨ ਦਾ ਚੱਲਦਾ ਭੈਣਾਂ ਭਰਾਵਾਂ ਦਾ। ਅੱਜ ਸੁਖਦੇਵ ਸਿੰਘ ਇੱਥੇ ਪੈਲੀ ਸੀਗਾ ਅਤੇ ਹਰਜਿੰਦਰ ਸਿੰਘ ਵੀ ਆ ਗਿਆ, ਉਹਦੇ ਵਿੱਚ ਸੁਖਦੇਵ ਸਿੰਘ ਨੇ ਪਹਿਲੋਂ ਆਪਣਾ ਟਰੈਕਟਰ ਮਾਰਿਆ ਉਹਦੀ ਗੱਡੀ ਦੇ ਵਿੱਚ, ਉਹ ਤੋਂ ਬਾਅਦ ਗੋਲੀਆਂ ਮਾਰੀਆਂ ਰਿਵਾਲਵਰ ਨਾਲ। ਉਹਦਾ ਇੱਕ ਨਾਲ ਰਮਨ ਡਰਾਈਵਰ ਸੀਗਾ, ਉਹਦੇ ਕੋਲ ਦਾਤਰ ਸੀ, ਉਹਨੇ ਦਾਤਰ ਨਾਲ ਵਿਵਹਾਰ ਕੀਤੇ ਆ ਅਤੇ ਹਰਜਿੰਦਰ ਸਿੰਘ ਦੀ ਮੌਕਾ 'ਤੇ ਮੌਤ ਹੋ ਗਈ ਆ। ਅਸੀਂ ਮੌਕੇ 'ਤੇ ਆ, ਕਾਰਵਾਈ ਹੋ ਰਹੀ ਆ। ਕਿੰਨਿਆਂ 'ਤੇ ਪਰਚਾ ਦਿੱਤਾ? ਅਜੇ ਜੋ ਲਿਖਾਉਣਗੇ ਜੀ ਉਹ ਤਾਂ ਪਰਚਾ ਹੋਊਗਾ ਜੀ, ਲਿਖਾਉਣ ਡਿਆ ਜੀ।